सत सत्या भाई श्रीकाल जी। जी। भाई जी कुछ दिन पहला ना ही खबर आई हाँ जी हिमाचल दे विच एक बंदा अपने इंडियन आर्मी की सिक्योरिटी लैके अच्छा जी 5-6 दिन घूमता घुमा रहा ठीक है पूरी काफ़ी फोर्स नाल लैके। हाँ जी उन्होंने कहिंदा सी मैं PMO ऑफिस दे विच काम करदा। अच्छा एक बंदे नूं डाउट होया जदों उन्होंने फोन किया जी हाँ जी तो पता लग्या भी बंदा वो जाली सी अच्छा इंडिया लेंदा फिरदा सी अच्छा इंडियन अच्छा सिक्योरिटी दे ठीक है ठीक है ते कई दिन उन्होंने होटलों होटलों में घूमता रहा जी। अच्छा हुण सरकारी मेहमान होंदे होटल भी चंगे मिलते हैं। हाँ जी हाँ जी तो मैं मेरे माइंड च यह गल एवें आई भी हुण दे समें च बड़े आई कोई नकली हौलदार बन के नाका ला लैंदा हाँ जी ते कोई लोकां तों लुट्टां कसुट्टां बहुत चल रहियां चल जी। रहियां हन भी कदे पिछले समें च भी एवें बंदे कर जांदे सी करते तो सी पिछले समय से तो जानी इन्ना सी भी छोटे मोटे जगाड़ ही लाते बड़ी वड्डी ठगी नहीं मारते अच्छा सी बड़े ठग नहीं सी जिवें कोई मतलब कोई रक्षा चलाउण वाला बंदा सीगा अच्छा जी ते हुशियार सी उहदा नाम हुशियार से ठीक है ते जी इक उहदा दोस्त सीगा उहदा नाम मुख्तियार सी जी नाम ही उहनां दे मिलदे जुलदे सीगे हुशियार ते मुख्तियार मुख्तार हाँ जी ते सी भी दोनों दोस्त जी ते उहनां नूं कितें रिश्तेदारी 'च जाणा पै गया ते कहिंदा यार आपां पुराणी रिश्तेदारी आ किहड़े कोई नवीं है जी इधर जलालाबाद नहीं जाना सीगा जी ते आपां रक्षा ही लै चलदे अद्धी वाट तूं चला ली जदों एक जना थक जा करूगा दूजा चला लिया करूगा हाँ जी तां उह रक्षे ते ही जलालाबाद वाली साइड चले गए जी ते जदों अगे गए ना अपनी रिश्तेदारी दे विच तां उहनां दा मुंडा पढ़दा सी NCC करदा सी NCC नहीं परेड बच्चे करदे हाँ हुंदे जी ओ जिवें जे पढ़दे +1-2 वाले हाँ जी ਤਾਂ NCC ਦੀ ਪਰੇਡ ਕਰਾਈ ਜਾਂਦੀ ਹੈ ਪਰੇਡ ਜੀ ਕਰਾਈ ਜਾਂਦੀ ਹੈ ਤੇ ਅੱਗੇ ਉਹਨਾਂ ਬੱਚਿਆਂ ਨੂੰ ਜਦੋਂ ਆਰਮੀ 'ਚ ਭਰਤੀ ਹੁੰਦੇ ਨੇ ਹਾਂ ਜੀ ਤਾਂ ਉਹਨਾਂ ਨੂੰ ਇੱਕ ਅਲੱਗ ਪੋਜੀਸ਼ਨ ਮਿਲ ਜਾਂਦੀ ਹੈ ਜਿਵੇਂ ਆਪਾਂ ਕਹਦੇ ਵੀ ਥੋੜੇ ਐਕਸਟਰਾ ਨੰਬਰ ਮਿਲ ਜਾਂਦੇ ਨੇ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਦਾ ਜਿਹੜਾ ਮੁੰਡਾ ਸੀ NCC ਕਰਦਾ ਸੀਗਾ ਜੀ ਤੇ NCC ਜਿਹੜੀ ਵਰਦੀ ਸੀ ਉਹ ਸਾਹਮਣੇ ਟੰਗੀ ਪਈ ਸੀ ਅੱਛਾ ਜੀ ਹੁਣ 40-45 ਸਾਲ ਪਹਿਲਾਂ ਦੀ ਗੱਲ ਹੈ ਹਾਂ ਜੀ ਤੇ ਵਰਦੀ ਦਾ ਚਾਅ ਬੜਾ ਸੀਗਾ ਤੇ ਜਿਹੜਾ ਹੁਸ਼ਿਆਰ ਸੀਗਾ ਨਾ ਜੀ ਜਿਹਦਾ ਨਾਂ ਹੁਸ਼ਿਆਰ ਸੀ ਕਹਿੰਦਾ ਯਾਰ ਆਪਾਂ ਵਰਦੀ ਨਾ ਪਾ ਕੇ ਵੇਖੀਏ ਹਾਂ ਜੀ ਹਾਂ ਜੀ ਭੂਆ ਦੇ ਮੁੰਡੇ ਦੀ ਇਹ ਅਤੇ ਉਹ ਕਹਿੰਦਾ ਵੇਖ ਲਓ ਇਹ ਉਹਨਾਂ ਨੇ ਜਦੋਂ ਵਰਦੀ ਪਾਈ ਤਾਂ ਕੱਦ ਕਾਠ ਚੰਗਾ ਸੀਗਾ ਮੁੰਡਾ ਖੁੰਡਾ ਸੀਗਾ ਉਹ ਵੀ ਜੱਚ ਗਈ ਅਤੇ ਜੱਚ ਗਈ ਹਾਂਜੀ ਵਰਦੀ ਐਡੀ ਜ਼ਿਆਦਾ ਨਹੀਂ ਮਤਲਬ ਉਦੋਂ ਨਿੱਕਰਾਂ ਹੁੰਦੀਆਂ ਸੀ ਗੋਡਿਆਂ ਤੱਕ ਹਾਂਜੀ ਖੁੱਲੀਆਂ ਹੀ ਅਤੇ ਸ਼ਲਟ ਸੀਗੀ ਅਤੇ ਪੱਗ ਹੁੰਦੀ ਸੀ ਕਈ ਟੋਪੀ ਲੈਂਦੇ ਸੀਗੇ ਹਾਂਜੀ ਪੱਗ ਵੀ ਹੁੰਦੀ ਸੀਗੀ ਜੀ ਅਤੇ ਬੰਨ ਕੇ ਅਤੇ ਐਂ ਉੱਥੇ ਕੋਲੇ ਬੈਂਤ ਪਿਆ ਸੀ ਉਹਨਾਂ ਦੇ ਘਰੇ ਕਿਤੇ ਬੈਂਤ ਮਾਸ ਦੀ ਸੋਟੀ ਦੀੜੀ ਇੱਕ ਮਾਸ ਇੱਕ ਬੈਂਤ ਹੁੰਦਾ ਜਿਹੜੇ ਪੁਲਿਸ ਵਾਲਿਆਂ ਕੋਲੇ ਹੁੰਦੇ ਆ ਉਹ ਬੈਂਤ ਕਿਤੇ ਘਰੇ ਪਿਆ ਸੀ ਉਹਨਾਂ ਦੇ ਅਤੇ ਉਹ ਹੱਥ 'ਚ ਫੜ ਕੇ ਤੇ ਕਹਿੰਦਾ ਮੁਖਤਿਆਰ ਵੇਖਾਂ ਇਹ ਲੱਗਦਾ ਹੌਲਦਾਰ ਕਿ ਨਹੀਂ ਕਹਿੰਦਾ ਇਹ ਕਹਿੰਦਾ ਹਾਂ ਯਾਰ ਜਮਾਂ ਹੀ ਹੌਲਦਾਰ ਲੱਗਦਾ ਹਾਂਜੀ ਕਹਿੰਦਾ ਯਾਰ ਆਪਾਂ ਇੱਕ ਜਗਾੜ ਲਾਈਏ ਕਹਿੰਦਾ ਕਿਵੇਂ ਕਹਿੰਦਾ ਇਹ ਜਿਹੜਾ ਏਰੀਆ ਨਾ ਕਹਿੰਦਾ ਸ਼ਰਾਬ ਸ਼ਰੂਬ ਬਹੁਤ ਕੱਢਦੇ ਆ ਉੱਧਰ ਭਾਉ ਰਹਿੰਦੇ ਹਾਂ ਰਾਹ ਭਾਉ ਰਹਿੰਦੇ ਹਾਂਜੀ ਰਾਹ ਭਾਉ ਠੀਕ ਹੈ ਅਤੇ ਆਪਾਂ ਕਹਿੰਦਾ ਉੱਧਰ ਇਹ ਮਾੜਾ ਜਿਹਾ ਗੇੜਾ ਮਾਰ ਕੇ ਆਉਂਦੇ ਤਾਂ ਜੇ ਆਪਾਂ ਨੂੰ 2 ਗਲਾਸੀਆਂ ਮਿਲ ਗਈਆਂ ਤਾਂ ਪੀ ਆਵਾਂਗੇ ਇਹ ਵੀ ਗੱਲ ਠੀਕ ਹੈ ਅਤੇ ਉਹ ਢਾਣੀ ਸੀ ਕਿਤੇ ਅਤੇ ਢਾਣੀ ਦੇ ਵਿੱਚ ਚਲੇ ਗਏ ਜੀ ਹੁਣ ਵਰਦੀ ਵਰਦੀ ਪਾਈ ਅਤੇ ਪਹਿਲਾਂ ਵਾਲੇ ਜਿਹੜੇ ਹੁਣ 40 ਸਾਲ ਪਹਿਲਾਂ ਬਜ਼ੁਰਗ ਸੀ ਜੀ ਉਹ ਉਹਨਾਂ ਨੂੰ ਇੰਨਾ ਨਹੀਂ ਪਤਾ ਸੀ ਵੀ ਇਹ ਹੋਮ ਗਾਰਡ ਹੈ ਜਾਂ ਪੰਜਾਬ ਪੁਲਿਸ ਹੈ ਜਾਂ NCC ਦੀ ਵਰਦੀ ਹੈ ਜਾਂ ਇੰਨਾ ਨਹੀਂ ਉਹਨਾਂ ਨੂੰ ਪਤਾ ਸੀਗਾ ਹਾਂਜੀ ਅਤੇ ਉਹ ਜਦੋਂ ਗਏ ਤਾਂ ਕਹਿੰਦੇ ਸ਼ਿੰਗਾਰਿਆ ਵੀ ਪਾਣੀ ਪੂਣੀ ਲਿਆਓ ਅਖੇ ਸਾਹਿਬ ਜੀ ਆਏ ਆ ਪਾਣੀ ਪੂਣੀ ਲਿਆਓ ਜੀ ਅਤੇ ਉਹ ਮੁੜ ਕੇ ਜਿਹੜਾ ਮੁਖਤਿਆਰ ਸੀ ਉਹ ਦੱਸਣ ਲੱਗ ਪਿਆ ਵੀ ਇਹ ਸਾਡਾ ਭਰਾ ਹੁਸ਼ਿਆਰ ਸਿੰਘ ਅਖੇ ਅਤੇ ਇੱਥੇ ਅਖੇ ਹੌਲਦਾਰ ਆਇਆ ਵਿਆ ਅਖੇ ਆਪਣੇ ਜਲਾਲਾਬਾਦ 'ਚ ਅਖੇ ਮੁੜ ਕੇ ਮੁੰਡੇ ਨੂੰ ਆਵਾਜ਼ ਮਾਰੀ ਸ਼ਿੰਗਾਰਿਆ ਉੱਧਰੋਂ ਬੋਤਲ ਵੀ ਲਿਆ ਕੱਢ ਕੇ ਅਖੇ ਸਹੀ ਗੱਲ ਉਹਨੇ ਬੋਤਲ ਲਿਆ ਕੇ ਮੇਜ਼ 'ਤੇ ਰੱਖ ਤੀ ਕਹਿੰਦਾ 5-10 ਰੁਪਈਆਂ ਦਾ ਟਾਂਗਰ ਵੀ ਫੜ ਲਿਆਈ ਅਖੇ ਟਾਂਗਰ ਉਹ ਭੁਜੀਏ ਨੂੰ ਕਹਿੰਦੇ ਪਤਾ ਨਹੀਂ ਭੁਜੀਏ ਨੂੰ ਕਹਿੰਦੇ ਕਿ ਪਕੌੜੀਆਂ ਨੂੰ ਕਹਿੰਦੇ ਹਾਂ ਜਾਣੀ ਉਹਨੇ ਟਾਂਗਰ ਹੀ ਕਿਹਾ ਜੀ ਉੱਧਰਲੀ ਬੋਲੀ ਆ ਕੋਈ ਹਾਂਜੀ ਕਹਿੰਦਾ ਟਾਂਗਰ ਵੀ ਫੜ ਲਿਆਈ ਅਖੇ ਜੀ ਉਹਨਾਂ ਨੇ ਉਹ ਭੁਜੀਆ ਜਾਂ ਪਕੌੜੀਆਂ ਸੀਗੀਆਂ ਉਹ ਵੀ ਲਿਆ ਕੇ ਮੇਜ਼ 'ਤੇ ਰੱਖੀਆਂ ਹਾਂਜੀ ਕੋਈ 2 ਗੰਢੇ ਚੀਰਤੇ ਹੁਣ ਨਾਲੇ ਤਾਂ ਉਹ ਪੈਗ ਲਾਈ ਜਾਂਦੇ ਆ ਹਾਂਜੀ ਨਾਲੇ ਸੋਚੀ ਜਾਂਦੇ ਵੀ ਜਿਹੜੇ 2-2 ਪੈਗ ਲੱਗਦੇ ਆ ਨਾ ਲਾ ਲੂ ਕੇ ਅਤੇ ਆਪਾਂ ਬਾਹਲੀ ਗੱਲਬਾਤ ਨਾ ਕਰੀਏ ਵੀ ਨਿਕਲੀਏ ਬਹਿ ਬਹਿ ਕੇ ਉਹ ਹੁਣ ਘਰ ਵਾਲੇ ਪੁੱਛਣ ਵੀ ਇਹ ਕਦੋਂ ਕਦੇ ਆਏ ਵੇ ਇੱਥੇ ਹਾਂਜੀ ਕਹਿੰਦਾ ਇਹ ਹੁਣ ਨਵਾਂ ਨਵਾਂ ਹੀ ਆਇਆ ਹੌਲਦਾਰ ਇਹ ਅੱਛਾ ਜੀ ਅੱਛਾ ਕਿ ਹਾਂ ਉਹ 2-2, 3-3 ਪੈਗ ਉਹਨਾਂ ਨੇ ਲਾਏ ਅਤੇ ਕੁਦਰਤੀ ਨਾ ਬਾਰਿਸ਼ ਸ਼ੁਰੂ ਹੋ ਗਈ ਮੌਸਮ ਖਰਾਬ ਸੀਗਾ ਕਣੀਆਂ ਜਿਹੀਆਂ ਪੈਣ ਲੱਗ ਗਈਆਂ ਹਾਂਜੀ ਜਦੋਂ ਕਣੀਆਂ ਜਿਹੀਆਂ ਪੈਣ ਲੱਗੀਆਂ ਤਾਂ ਜਿਹੜਾ ਰਕਸ਼ਾ ਸੀਗਾ ਉਹ ਸੀਗਾ ਜਿਹਦੇ ਵਰਦੀ ਪਾਈ ਉਹਦਾ ਹੁਸ਼ਿਆਰ ਦਾ ਹੁਸ਼ਿਆਰ ਦਾ ਅਤੇ ਉਹ ਹੌਲੀ ਕੁ ਦਿਨ ਕਹਿੰਦਾ ਮੁਖਤਿਆਰ ਯਾਰ ਆਪਣਾ ਰਕਸ਼ਾ ਇਹ
ਤੇ ਉਹ ਆਂਦੇ ਯਾਰ ਤੁਸੀਂ ਨਾਲੇ ਤਾਂ ਗੱਲਾਂ ਹਵਾਲਦਾਰ ਦੀਆਂ ਕਰੀ ਜਾਂਦੇ ਵੀ ਮੈਂ ਹਵਾਲਦਾਰ ਹਾਂ ਅਤੇ ਰਕਸ਼ੇ ਵਾਲੀਆਂ ਗੱਲਾਂ ਤੁਸੀਂ ਕਿਹੜੀਆਂ ਕਰੀ ਜਾਂਦੇ ਆ। ਹਾਂਜੀ ਫਿਰ ਉਹਨਾਂ ਨੇ ਗੱਲ ਨੂੰ ਦਵਾ ਦਵਾ ਬਦਲਿਆ, ਕਹਿੰਦੇ ਨਹੀਂ ਇਹ ਤਾਂ ਆਖੇ ਆਪਣੇ ਰਕਸ਼ਾ ਲੈ ਕੇ ਆਏ ਸੀ ਅਸੀਂ ਬਾਹਰ, ਰਕਸ਼ੇ ਵਾਲਾ ਖੜਾ ਸੀ ਵਿਚਾਰਾ ਉਹ ਭਿੱਜੀ ਜਾਂਦਾ ਹੋਣਾ ਆਖੇ, ਅਤੇ ਉਹ ਸੋਚਦੇ ਵੀ ਰਕਸ਼ਾ ਤਾਂ ਨਾ ਭੇਜੂਗਾ। ਹਾਂ ਕਹਿੰਦੇ ਨਹੀਂ ਨਹੀਂ ਉਹ ਤਾਂ ਅਸੀਂ ਰਕਸ਼ੇ ਵਾਲੇ ਨੂੰ ਲੈ ਕੇ ਆਏ ਸੀਗੇ ਅਤੇ ਬਾਹਰ ਅਸੀਂ ਕਹਿੰਦੇ ਵੀ ਰਕਸ਼ੇ ਵਾਲਾ ਸੀ, ਤਾਂ ਚਲੋ ਕੋਈ ਗੱਲ ਨਹੀਂ। ਉਹ ਹੁਣ ਵਿੱਚੇ ਵਿੱਚ ਸੋਚਦੇ ਆ, ਕਹਿੰਦੇ ਯਾਰ ਊਂ ਤਾਂ ਇਹ ਤੋਂ ਪਹਿਲਾਂ ਜਿਹੜਾ ਆਇਆ ਸੀ ਥਾਣੇਦਾਰ ਵੀ ਉਹ ਤਾਂ ਸਾਨੂੰ ਜਾਣਦੇ ਪਛਾਣਦੇ ਆ, ਤੇ ਤੁਸੀਂ ਨਵੇਂ ਆਏ ਆ, ਠੀਕ ਆ ਕੋਈ ਨਹੀਂ ਜਾਣਨ ਲੱਗ ਜਾਓਗੇ ਕੋਈ ਨਹੀਂ, ਹਾਂਜੀ ਹਾਂਜੀ ਤੁਸੀਂ ਵੀ ਤਾਂ ਠੀਕ ਆ। ਚਲੋ ਉਹ ਜਦੋਂ ਇਹਨਾਂ ਨੇ ਆਖਿਆ ਵੀ ਜੇ ਜਾਣ ਪਛਾਣ ਕੱਢਦੇ ਆ ਨਾ ਕਿਤੇ ਅਤੇ ਆਪਣਾ ਕੋਈ ਪੰਗਾ ਨਾ ਪੈ ਜੇ, ਉਹਨਾਂ ਨੇ ਤਾਂ ਇੱਕ ਲੰਡੂ ਜਿਹਾ ਪੈਗ ਹੋਰ ਲਾਇਆ ਅਤੇ ਐਵੇਂ ਕਰਕੇ ਪਿਸ਼ਾਬ ਦਾ ਬਹਾਨਾ ਆ ਅਤੇ ਬਾਹਰ ਆ ਕੇ ਅਤੇ ਰਕਸ਼ਾ ਕਣੀਆਂ ਪੈਂਦੀਆਂ 'ਚ ਹੀ ਤੋਰ ਲਿਆ। ਉੱਧਰੋਂ ਕਿਤੇ ਉਹਨਾਂ ਦੇ ਜਿਹੜਾ ਗੁਆਂਢੀ ਸੀਗਾ ਉਹਨਾਂ ਦੇ ਕੋਈ ਮਹਿਮਾਨ ਆਇਆ ਸੀਗਾ ਅਤੇ ਉਹਨੂੰ ਟ੍ਰੇਨ ਚੜ੍ਹਾਉਣਾ ਸੀਗਾ। ਅੱਛਾ ਜੀ। ਜਿਨ੍ਹਾਂ ਦੇ ਘਰੇ ਦਾਰੂ ਪੀਤੀ ਨਾ ਸ਼ਿੰਗਾਰੇ ਕੇ, ਇਹਨਾਂ ਦੇ ਜੀਪ ਸੀਗੀ। ਅੱਛਾ ਜੀ। ਘਰੇ ਜੀਪਾਂ ਹੁੰਦੀਆਂ ਸੀ ਉਦੋਂ ਜੀ, ਜੀਪ ਸੀ ਅਤੇ ਇਹਨਾਂ ਨੇ ਬੰਦਾ ਮਤਲਬ ਜਲਾਲਾਬਾਦ ਨੂੰ ਟ੍ਰੇਨ ਚੜ੍ਹਾਉਣਾ ਸੀ ਜੀ ਰਾਤ ਵਾਲੀ। ਹਾਂਜੀ। ਅਤੇ ਉਹ ਕਹਿੰਦੇ ਸ਼ਿੰਗਾਰਿਆ ਕਿ ਆਪਾਂ ਯਾਰ ਆਪਣੇ ਗੁਆਂਢੀਆਂ ਦੇ ਆਇਆ ਆਪਣਾ ਰਿਸ਼ਤੇਦਾਰ ਆ ਅਤੇ ਇਹਨਾਂ ਨੂੰ ਟ੍ਰੇਨ ਵੀ ਚੜ੍ਹਾ ਕੇ ਉਹਨਾਂ ਤੋਂ ਜੀ। ਕਹਿੰਦਾ ਚੱਲ ਕੋਈ ਗੱਲ ਨਹੀਂ ਤੂੰ ਹੈਗਾ ਹੀ ਆ ਘਰੇ ਅਤੇ ਮੈਂ ਚੜ੍ਹਾਇਆ ਉਹਨਾਂ ਨੇ ਜੀਪ ਕੱਢੀ ਉੱਧਰੋਂ ਆ ਗਿਆ। ਉਹ ਕਿਤੇ NCC ਮਾਸਟਰ ਸੀ। ਅੱਛਾ ਜੀ। ਜਿਹੜਾ PT ਕਰਾਉਂਦੇ ਆ, PT ਕਰਾਉਂਦੇ ਆ ਉਹ ਮਾਸਟਰ ਸੀ ਕਿਤੇ। ਹਾਂਜੀ। ਅਤੇ ਸ਼ਿੰਗਾਰਾ ਉਹਦੇ ਕੋਲ ਗੱਲਾਂ ਕਰਨ ਲੱਗ ਪਿਆ, ਕਹਿੰਦਾ ਸਾਡੇ ਇਸ ਤਰ੍ਹਾਂ ਕਰਕੇ ਇਹ ਆਪਣਾ ਹਵਾਲਦਾਰ ਆਇਆ ਸੀ ਜਲਾਲਾਬਾਦ ਬਦਲ ਕੇ। ਹਾਂਜੀ ਹਾਂਜੀ। ਅਤੇ ਉਹ ਅਖੇ ਆਪਣੇ ਆਇਆ ਸੀ ਹੁਣੇ ਪੀ ਪੂ ਕੇ ਗਏ ਅਖੇ। ਹਾਂਜੀ। ਅਤੇ ਜਦੋਂ ਉਹ ਜਲਾਲਾਬਾਦ ਨੂੰ ਕੀਤਾ ਸਿੱਧਾ, ਉਹਨਾਂ ਨੇ ਜੀਪ ਕੀਤੀ ਸਿੱਧੀ। ਹਾਂਜੀ। ਅਤੇ ਅੱਗੇ ਉਹ ਰਕਸ਼ਾ ਚਲਾਈ ਜਾਵੇ ਜਲਾਲਾਬਾਦ, ਰਾਹ 'ਚ ਜਾਈ ਜਾਂਦੇ ਸੀ ਨਾ। ਹਾਂਜੀ। ਹੁਣ ਰਕਸ਼ੇ ਨੇ ਤਾਂ ਹੌਲੀ ਹੌਲੀ ਜਾਣਾ, ਜੀਪ ਨੇ ਤਾਂ ਤੇਜ਼ ਜਾਣਾ, ਉਹ ਰਸਤੇ 'ਚ ਇਹਨੂੰ ਮਿਲ ਗਏ। ਕਹਿੰਦੇ ਆਹਾ ਸੀਗਾ ਜਦੋਂ ਜੀਪ ਦੀਆਂ ਲਾਈਟਾਂ ਪਈਆਂ ਅਤੇ ਉਹ ਮੋਢਿਆਂ 'ਤੇ ਇਹਨਾਂ 'ਤੇ ਤਾਂ ਲੱਗੀਆਂ ਹੁੰਦੀਆਂ ਨਾ ਪੱਕੀਆਂ, ਅਤੇ NCC ਦੇ ਤਾਗੇ ਨਾਲ ਲਿਖਿਆ ਹੁੰਦਾ ਸੀ, ਤਾਗੇ ਦੇ ਨਾਲ NCC ਲਿਖਿਆ ਸੀ। ਅਤੇ ਜਦੋਂ ਲਾਈਟਾਂ ਪਈਆਂ ਉਹਨਾਂ ਨੇ ਵੇਖਿਆ, ਕਹਿੰਦਾ ਯਾਰ ਇਹ ਤਾਂ ਸਾਡੇ NCC ਦੀ ਵਰਦੀ ਹੈ, ਕਹਿੰਦਾ ਸਾਡੇ ਸਟੂਡੈਂਟਾਂ ਦੀ, ਕਹਿੰਦਾ ਇਹ ਇਹ ਤਾਂ ਹੌਲਦਾਰ ਨਹੀਂ ਗਾ, ਕਹਿੰਦਾ ਇਹ ਤਾਂ, ਕਹਿੰਦਾ ਅੱਛਾ, ਕਹਿੰਦਾ ਸਾਡੇ ਤਾਂ ਕਹਿੰਦਾ ਇੱਥੇ ਦਾਰੂ ਵੀ ਪੀ ਆਏ ਆ ਅਤੇ ਕਹਿੰਦਾ ਇਹਨਾਂ ਨੂੰ ਟੈਂਕਰ ਵੀ ਖਵਾਇਆ ਅਖੇ, ਰੋਕ ਲਈ ਗੱਡੀ, ਹਾਂ ਗੰਢੇ ਗੁੰਡੇ ਵੀ ਉਹਨਾਂ ਨੇ ਰੋਕ ਲਈ ਗੱਡੀ ਅੱਗੇ ਲਾ ਲਈ। ਕੌਣ ਆ ਤੁਸੀਂ? ਉਹ ਪਹਿਲਾਂ ਕਹਿੰਦਾ ਜੀ ਹਵਾਲਦਾਰ ਹੈ, ਕਹਿੰਦਾ NCC ਵਰਦੀ ਆ, ਮੈਂ ਮਾਸਟਰ ਹਾਂ, ਕਹਿੰਦਾ NCC ਦਾ, ਕਹਿੰਦਾ ਅਤੇ ਇਹ ਕਿਹਨੂੰ ਤੁਸੀਂ ਬੁੱਧੂ ਬਣਾਉਣੇ ਆ, ਕਹਿੰਦਾ ਅਖੇ ਮੁੜ ਕੇ ਮਿੰਤਾਂ ਕਰਨ ਲੱਗ ਗਏ। ਖੀਰੀ ਮਾਸਟਰਾਂ ਦੇ ਹੱਥ ਖੁੱਲ੍ਹੇ ਹੁੰਦੇ, ਇਹਨਾਂ ਨੇ ਦੋ ਦੋ ਚਾਰ ਚਾਰ ਜੜਤੀਆਂ ਜੋ ਜੜਤੀਆਂ ਅਤੇ ਮੁੜ ਕੇ ਉਹਨਾਂ ਨੇ ਮਾਫ਼ੀ ਮੰਗੀ, ਕਹਿੰਦੇ ਬਾਈ ਜੀ ਸਾਥੋਂ ਗਲਤੀ ਹੋ ਗਈ, ਅਸੀਂ ਤਾਂ ਬਸ ਐਵੇਂ ਪੀਣ ਦਾ ਜਗਾੜ ਲਾ ਬੈਠੇ ਅਤੇ ਬੰਦੇ ਜਗਾੜੀ, ਹਾਂ ਬੰਦੇ ਜਗਾੜੀ ਸੀਗੇ ਅਤੇ ਕਹਿੰਦੇ ਹੁਣ ਬੰਦੇ ਦੇ ਪੁੱਤ ਬਣ ਕੇ ਅਤੇ ਹਾਂ ਵਰਦੀ ਜੀ ਨਾਲੇ ਤੁਸੀਂ ਪਾ ਨਹੀਂ ਸਕਦੇ ਜਿਹੜੀ ਪਾਈ ਬੈਠੇ ਹੈ, ਜਿਹਦੇ ਵਾਸਤੇ ਜਿੱਥੋਂ ਵਾਸਤੇ ਬਣੀ ਉੱਥੇ ਪਾਉਣੀ ਹੈ, ਇੱਦੋਂ ਪਿੱਛੋਂ ਜੇ ਮੈਨੂੰ ਤੁਹਾਡੀ ਸ਼ਿਕਾਇਤ ਆ ਗਈ ਤਾਂ ਕਹਿੰਦਾ ਮੈਂ ਤੁਹਾਨੂੰ ਜਲਾਲਾਬਾਦ ਤਾਂ ਕੀ ਕਹਿੰਦਾ ਕਿ 5-7 ਸ਼ਹਿਰਾਂ 'ਚ ਨੇੜੇ ਨੇੜੇ ਵੀ ਦੇਖ ਕੇ ਤਾਂ ਹਿਸਾਬ ਲਾ ਲਿਆ ਜੀ ਐਂ ਵੱਲੇ ਬਾਈ ਉੱਥੋਂ ਉਹ।